ਦਾਣਾ ਮੰਡੀ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ 3 ਕਿਸਾਨਾਂ ਨੂੰ ਕੁੱਟਿਆ ਗਿਆ, ਜਿਨ੍ਹਾਂ ਤੋਂ ਬਾਅਦ ਜ਼ਖਮੀ ਹੋਏ ਕਿਸਾਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਿਸਾਨ, ਕਿਸਾਨ ਦਾ ਪਿਤਾ, ਕਿਸਾਨ ਦਾ ਬੇਟਾ, ਤਿੰਨੇ ਜਾਣੇ ਇੱਟਾਂ, ਰੋੜਿਆਂ, ਡਾਂਗਾ ਸੋਟਿਆਂ ਦੇ ਨਾਲ ਕੁੱਟੇ ਗਏ ਨੇ। ਦਾਣਾ ਮੰਡੀ ਦੇ ਵਿੱਚ ਫਸਲ ਸੁਕਾਉਣ ਨੂੰ ਲੈ ਕੇ ਇਹ ਸਾਰਾ ਕੰਮ ਭਖਿਆ, ਜਿਸ ਤੋਂ ਬਾਅਦ ਆੜ੍ਹਤੀ ਦਾ ਦਫ਼ਤਰ ਵੀ ਭੰਨਿਆ ਗਿਆ। ਕਿਸਾਨ ਦੇ ਇਲਜ਼ਾਮ ਨੇ ਕਿ 100 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੇ ਇੱਟਾਂ, ਰੋੜੇ, ਡਾਂਗਾ ਸੋਟਿਆਂ ਦੇ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਆੜ੍ਹਤੀਏ ਔਰ ਇਹਨਾਂ ਦੇ ਵੱਲੋਂ ਆੜ੍ਹਤੀਏ ਦੇ ਦਫ਼ਤਰ ਦੇ ਸ਼ੀਸ਼ੇ ਵੀ ਭੰਨੇ ਗਏ ਨੇ। ਤਾਂ ਦੂਜੇ ਪਾਸੇ ਪ੍ਰਵਾਸੀਆਂ ਦੇ ਵੱਲੋਂ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ। ਉਹਨਾਂ ਨੇ ਕਿਹਾ ਕਿ ਸਾਡੇ ਨਾਲ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਗਾਲਾਂ ਕੱਢੀਆਂ ਗਈਆਂ, ਜਿਸ ਤੋਂ ਬਾਅਦ ਉਹਨਾਂ ਨੂੰ ਗੁੱਸਾ ਚੜਿਆ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਫਸਲ ਜਿੰਨੀ ਵੀ ਸੁੱਕੀ ਸੀ ਉਸਨੂੰ ਟਰਾਲੀ ਦੇ ਵਿੱਚ ਲੋਡ ਕਰਨ ਦੇ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਲੇਬਰ ਆ ਜਿਹੜੀ ਉਸਨੇ ਇੱਕਣਾ ਸੁਣੀ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਵੇਖਦਿਆਂ ਹੀ ਵੇਖਦਿਆਂ ਹਿੰਸਕ ਰੂਪ ਧਾਰਨ ਕਰ ਗਿਆ, ਦੇਖਦਿਆਂ ਹੀ ਦੇਖਦਿਆਂ ਖੂਨੀ ਝੜਪ ਹੋਈ। ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਸਾਡੇ ਤੋਂ ਧੱਕੇ ਨਾਲ ਕੰਮ ਕਰਾਇਆ ਜਾ ਰਿਹਾ ਸੀ, ਔਰ ਦੂਜੇ ਮੰਨੇ ਆੜ੍ਹਤੀਏ ਦੇ ਵੱਲੋਂ ਵੀ ਇਸ ਪੂਰੇ ਘਟਨਾਕ੍ਰਮ ਤੇ ਆਪਣਾ ਬਿਆਨ ਦਿੱਤਾ ਗਿਆ। ਮੈਂ ਸ਼ਾਮੀ ਗਿਆ ਸੀ ਉੱਥੇ ਆੜ੍ਹਤ ਤੇ ਕੱਦ ਕਰਕੇ ਬਾੜ ਸਾਹਿਬ ਦੇ, ਤੇ ਉੱਥੇ ਨਾ ਮੱਕੀ ਫੋਲੀ ਪਈ ਸੀ ਪਰਸੋਂ ਦੀ, ਕੱਲ੍ਹ ਧੁੱਪ ਨਹੀਂ ਲੱਗੀ ਤੇ ਅੱਜ ਉਹਨਾਂ ਕੱਲ ਵੀ ਫੋਲੀ ਥੋੜ੍ਹੀ ਜਿਹੀ ਤੇ ਅੱਜ ਵੀ ਫੋਲੀ ਆ, ਤੇ ਅੱਜ ਵੀ ਸੁੱਕੀ ਨਹੀਂ। ਮੈਂ ਦੁਪਹਿਰੇ ਵੀ ਉਹਨਾਂ ਕੋਲ ਗਿਆ, ਮੈਂ ਕਿਹਾ ਇਹਨੂੰ ਵਿੱਚ ਦੀ ਬੇਲ 'ਚ ਮਾਰੋ, ਇਹ ਸੁੱਕ ਜੂਗੀ, ਤੇ ਉਹ ਮੇਰੇ ਆਖੇ ਉਹਨਾਂ ਕੀ ਲੱਗੇ, ਮੁੜ ਕੇ ਫਿਰ ਜਾ ਕੇ ਬੈਂਚ ਤੇ ਸੌਂ ਗਏ। ਹੁਣ ਮੈਂ ਕੱਦ ਕਰਕੇ ਆਇਆ ਤੇ ਫਿਰ ਉਹ ਜਾ ਕੇ ਬੈਂਚ ਤੇ ਸੁੱਤੇ। ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਫੁੱਲਣੀ, ਟਰਾਲੀ ਬਾਹਰ ਖੜੀ ਆ, ਤੁਸੀਂ ਵਿੱਚ ਲੱਦ ਦਿਓ, ਸਵੇਰ ਦਾ ਮੀਂਹ ਆ ਤੇ ਅਸੀਂ ਇਹਨੂੰ ਘਰੇ ਲੈ ਜਾਈਏ, ਜਦੋਂ ਮੀਂਹ ਦਾ ਹਟ ਜੂਗਾ ਤਾਂ ਅਸੀਂ ਬਾਹਰ 'ਚ ਲਿਆਵਾਂਗੇ ਇੱਥੇ ਮੰਡੀ। ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ, ਤੇ ਉਹ ਜਿੰਨੇ ਅੰਦਰ ਬਈਏ ਬੈਠੇ ਉਹਨਾਂ ਨੇ, ਜਿੱਦਾਂ ਮੈਂ ਬਾਂਹ ਤੋਂ ਫੜਿਆ ਵੀ ਆਹ ਮੱਕੀ ਲੱਦ ਦਿਓ, ਉਹ ਜਿੰਨੇ ਬਾਹਰ ਬਈਏ 100 ਬਈਆ ਹੋਣਾ, ਉਹਨਾਂ ਕਿਸੇ ਦੇ ਬੇਲ 'ਚ ਆਇਆ, ਕਿਸੇ ਦੇ ਹੱਥ 'ਚ ਰੋੜਾ ਆ, ਸਾਡੇ ਉਹਨਾਂ ਛੱਡਤਾ, ਬਾਪੂ ਦੇ ਵੀ ਡਾਂਗ ਮਾਰੀ, ਮੇਰੇ ਗੁੱਟ 'ਤੇ ਵੀ ਮਾਰੀ ਅਤੇ ਮੁੰਡੇ ਦਾ ਸਿਰ ਵੀ ਫੜਿਆ। ਅਤੇ ਇੱਥੋਂ ਨਿਕਲੇ ਤਾਂ ਮੁੜ ਕੇ ਪਾਲੀ ਦੁਕਾਨ 'ਤੇ ਚਲੇ ਗਏ, ਜਿਹੜੇ ਬਾਹਰ ਹੀ ਗਏ 100 ਬਈਆ, ਉਹਨਾਂ ਰੋੜੇ ਸ਼ੁਰੂ ਕਰਤੇ ਅਤੇ ਉਹਨਾਂ ਦੇ ਸ਼ੀਸ਼ਿਆਂ 'ਚ ਰੋੜੇ ਵੱਜੇ। ਅਸੀਂ ਕਿੱਥੋਂ ਮਾਰ ਲਾਂਗੇ, ਮੇਰੇ ਨਾਲ ਤਾਂ ਜਵਾਕ ਹੀ ਨਿੱਕੇ ਨਿੱਕੇ, ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਸੀ ਬਾੜ ਸਾਹਿਬ ਦੀ ਦੁਕਾਨ 'ਤੇ, ਸਿਰ ਬਾਪੂ ਦਾ ਪਾੜਤਾ ਸੀ, ਰੋੜੇ ਕੀ ਮਾਰਨੇ, ਤੁਸੀਂ ਦੱਸੋ ਮੈਂ ਮਾਰ ਸਕਦਾ ਇਹਨਾਂ। ਜ਼ਖਮੀ ਅਸੀਂ 3 ਜਣੇ ਹੋਏ ਜੀ। ਕੀ ਨਾਮ ਉਹਨਾਂ ਦੇ? ਇੱਕ ਮਨਕੀਰਤ ਤੇ ਇੱਕ ਕੀ ਨਾਮ ਆ? ਇੱਕ ਮਨਕੀਰਤ 14 ਸਾਲ ਦਾ ਤੇ ਬਾਪੂ ਮੇਰਾ ਮਹਿੰਦਰ ਸਿੰਘ, ਉਹ ਹੈਗਾ 85 ਸਾਲ ਦਾ। ਬਾਪੂ ਜੀ ਦਾ ਕੀ ਆ? ਉਹਦਾ ਸਿਰ ਪਾੜਦਾ ਜੀ, ਉਹਦੇ ਟਾਂਕੇ ਲੱਗੇ ਸਿਰ 'ਚ। ਉਹ ਕਿਹਨੇ ਪਾੜਿਆ? ਉਹਨਾਂ ਬਈਆਂ ਨੇ। ਮੰਗ ਕਰਦੇ ਵੀ ਬਈਏ ਆੜ੍ਹਤਾਂ ਤੇ ਬੈਠੇ ਆ, ਤੇ ਆੜ੍ਹਤਾਂ ਦੇ ਜਿਹੜੇ ਮੁਨੀਮ ਆ ਉਹ ਸਾਡੇ ਇਸ ਗੱਲ ਪੈਂਦੇ ਆ, ਜਿਹੜੇ ਸਾਡੇ ਉੱਥੇ ਘੁੱਗੀ ਸਾਹਿਬ ਆ ਉੱਥੇ ਉਹਨਾਂ ਦਾ ਪੱਲੇਦਾਰ, ਉਹ ਸਨ। ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੇ, ਉਹ ਕਹਿੰਦਾ ਨਹੀਂ ਇਹ ਮੇਰੇ ਹੀ ਆ। ਉਹਨੇ ਆਪਦੀ ਕਦੂਤੀ 'ਚ ਸਾਨੂੰ ਕਟਾਇਆ ਉੱਤੇ, ਮੇਰੀ ਦਾੜੀ ਪੱਟੀ ਤੋਂ ਆਹ ਦੇਖੋ ਬਣੈਣ ਮੇਰੀ, ਆਹ ਚੀੜੀ ਹੇਰ ਨਹੀਂ ਪਾਟੀ, ਮੇਰੇ ਡੰਡੇ ਬਹੁਤ ਮਾਰੇ ਪਿੱਛੇ। ਅੱਜ ਪਰਸੋਂ ਦਾ ਗੱਲ ਹੈਗਾ ਜੀ, ਪਰਸੋਂ ਬੰਦੇ ਸੁੱਤਾ ਪਿਆ ਸੀ, ਕਹਿੰਦਾ ਚੁੱਪ ਕਰਕੇ ਸੋ ਜਾਓ, ਬੰਦੇ ਬੋਲਦਾ ਸੀ, ਉਹਨੇ ਕੁੱਟਣ ਲੱਗ ਪਿਆ, ਮਹਾਰਾਜ ਤੈਨੂੰ ਕੁਬਾ ਟੱਟੀਆਂ ਲਗਾਏ ਜੀ। ਮੈਂ ਕੁਛ ਨਹੀਂ ਬੋਲਿਆ, ਉਹ ਦੰਦੇ ਗੱਲ 'ਤੇ ਮੈਂ ਰਹਿਣ ਦਿੱਤਾ, ਮੈਂ ਕਿਹਾ ਚਲੋ ਕੋਈ ਬੰਦੇ ਸਰਾ ਪਿਆ ਤਾਂ ਰਹਿਣ ਦਿਓ। ਅੱਜ ਫਿਰ ਕੁੱਟਣ ਲੱਗ ਪਿਆ ਜੀ, ਅੱਜ ਕੁੱਟਣ ਲੱਗ ਪਿਆ ਉਹਨੂੰ। ਮੈਂ ਕਿਹਾ ਜੀ ਸਰਦਾਰ ਜੀ,
ਬੰਦੇ ਨੂੰ ਕਾਹਨੂੰ ਛੇੜਨਾ ਹੈ? ਤੁਸੀਂ ਜਿਹੜਾ ਤੁਹਾਡੇ ਮਾਲਕ ਹੈਗਾ, ਜਿਹੜਾ ਚੌਧਰੀ ਹੈ, ਉਹਨੂੰ ਕਹੋ ਸਾਡਾ ਉਹਦੇ ਬਾਪੂ ਦਾ ਗਲਤੀ ਨਹੀਂ ਹੈ ਕੋਈ। ਬਾਪੂ ਜਿਹੜਾ ਹੈਗਾ, ਬਾਪੂ ਕਹਿੰਦਾ ਰਹਿਣ ਦੇ, ਠੀਕ ਹੈ ਜੀ। ਬਾਪੂ ਜਿਹੜਾ ਨਾ, ਬਾਪੂ ਸਾਰੀ ਤੇਰੀ ਬਹਿ ਕੇ ਸਿਖਾਇਆ, ਤਿੰਨ ਬੰਦੇ ਅਸੀਂ ਉਹ ਸਾਰੇ ਬੰਦੇ ਆਪੇ ਕਮਲਦੇ ਹੈਗਾ ਜੀ। ਜਿਹੜਾ ਬੰਦੇ ਉੱਥੇ ਸੁੱਤਾ ਪਿਆ ਉਹਨੂੰ ਮੈਂ ਸਮਝਾਉਣ ਗਿਆ, ਉਹਨੂੰ ਕੁੱਟਣ ਲੱਗ ਪਿਆ, ਇਕੱਠੇ ਹੋ ਗਿਆ ਮਾਲ, ਉਹਨੂੰ ਕੀ ਕਰਨਾ, ਗਿੱਲੇ ਮਾਲ ਇਕੱਠੇ ਹੋ ਗਿਆ, ਉਹਨੂੰ ਉਹਦੇ ਕੰਮ ਨਹੀਂ ਸੀਗਾ, ਉਹਦੇ ਮਾਲ ਢੇਰ ਲਾ ਕੇ ਤਿਰਪਾਲ ਲਾ ਕੇ ਢੰਗ ਦਿਆ ਸੀ ਜੀ। ਖੁਸ਼ ਹੋ ਗਿਆ, ਸਾਰੀ ਧੁੱਪ ਮੇਰੀ ਹੱਸ ਹੋ ਗਿਆ। ਹੁਣ ਆਪਾਂ ਕਮਲ ਦੇ ਮਾਲ ਭਰ ਕੇ ਆਇਆ, ਹੁਣ ਟਰਾਲੀ ਆਉਣ ਵਾਲਾ ਸੀਗਾ, ਹੁਣ ਭਰਨਾ ਸੀ ਹੋਰ। ਆਪਾਂ 133 ਨੰਬਰ ਦੁਕਾਨ 'ਤੇ ਜੀ, ਤੂੰ ਕਹਿੰਦਾ ਕੁੱਟਣ ਲੱਗ ਪਿਆ, ਮੇਰੇ ਗਲ ਦੱਬਦੀ ਆ ਜੀ, ਗਲਾ ਦੱਬਦੀ ਆ, ਫਿਰ ਮੈਂ ਜਾਨ ਛੜਾ ਕੇ ਭਾਗਾ ਵਹਾਂ ਸੇ, ਤੋ ਉੱਥੇ 133 ਨੰਬਰ ਦੁਕਾਨ 'ਤੇ ਮੇਰੀ ਇੱਛਾ ਪਤਲ ਲੈ ਕੇ ਸ਼ੀਸ਼ਾ ਤੋੜ ਦਿਆ ਜੀ। ਨਹੀਂ ਜੀ, ਨਹੀਂ ਜੀ, ਨਹੀਂ ਜੀ, ਗੇਟ ਲਗਾ ਲਿਆ, ਸ਼ੀਸ਼ਾ ਤੋੜ ਦਿਆ ਜੀ।